हाँ जी, सत श्री अकाल जी। पंजाबी साहित्यकार चैनल 'ਚ ਤੁਹਾਡਾ ਸਵਾਗਤ ਹੈ। ਕਾਫੀ ਦੇਰ ਤੋਂ ਵੀਡੀਓਜ਼ ਨਹੀਂ ਪਾਈਆਂ ਔਰ ਮਾਫੀ ਮੰਗਦੀ ਹਾਂ ਉਹਨਾਂ ਸਟੂਡੈਂਟਸ ਤੋਂ ਜਿਨ੍ਹਾਂ ਨੂੰ ਮੈਂ ਕਿਹਾ ਸੀ ਕਿ ਮੈਂ ਵੀਡੀਓ ਪਾ ਕੇ ਤੁਹਾਡਾ ਇੱਕ ਡਾਊਟ ਹੈ ਉਹ ਜ਼ਰੂਰ ਕਲੀਅਰ ਕਰਾਂਗੀ, ਕਿਉਂਕਿ ਮੋਕ ਟੈਸਟ 14 ਵਿੱਚ ਇੱਕ ਕੁਐਸਚਨ ਤੇ ਸਭ ਨੂੰ ਡਾਊਟ ਸੀਗਾ। ਉਹ ਕੁਐਸਚਨ ਸੀ, ਮੈਂ ਕੁਐਸਚਨ ਪਾਇਆ ਸੀ ਕਿ ਪਹਿਲੀ ਸਵੈ ਜੀਵਨੀ ਕਾਵਿਅ ਸਵੈ ਜੀਵਨੀ ਕਿਹੜੀ ਹੈ। ਬਹੁਤ ਜਣੇ ਆਨਸਰ ਦਿੱਤਾ ਜਸਵੰਤ ਸਿੰਘ ਨੇਕੀ। ਜਸਵੰਤ ਸਿੰਘ ਨੇਕੀ ਜੀ ਦੀ ਕਾਵਿਅ ਸਵੈ ਜੀਵਨੀ ਮਿਲਦੀ ਹੈ, ਬਟ ਉਹ ਪਹਿਲੀ ਨਹੀਂ ਹੈ। ਔਰ ਧਿਆਨ ਨਾਲ ਸੁਣਿਓ, ਮੈਂ ਨਹੀਂ ਸੀ ਪੁੱਛਿਆ ਕਿ ਪੰਜਾਬੀ ਦੀ ਪਹਿਲੀ ਕਾਵਿ ਸਵੈ ਜੀਵਨੀ ਕਿਹੜੀ ਹੈ। ਦੂਸਰਾ, ਚਲੋ ਜਸਵੰਤ ਸਿੰਘ ਨੇਕੀ ਨਾਲ ਗੱਲ ਕਰਦੇ ਹਾਂ। ਅਤੇ ਇੱਕ ਆਪਣੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਵੀ ਮਿਲਦੀ ਹੈ, ਉਹ ਪੂਰਨ ਤੌਰ 'ਤੇ ਕਾਵਿ ਸਵੈ ਜੀਵਨੀ ਨਹੀਂ ਮਿਲਦੀ। ਅਤੇ ਸ਼ਿਵ ਕੁਮਾਰ ਬਟਾਲਵੀ ਦੀ ਮਿਲਦੀ ਹੈ ਕਾਵਿ ਸਵੈ ਜੀਵਨੀ, ਉਹ ਹੈ ਮੈਂ ਅਤੇ ਮੈਂ। ਅੱਛਾ, ਉਹਦੇ ਵਿੱਚ ਇੱਕ ਹੈ ਕਿ ਉਹਨੂੰ ਅਸੀਂ ਪੂਰੀ ਤਰ੍ਹਾਂ 'ਤੇ ਕਾਵਿ ਸਵੈ ਜੀਵਨੀ ਨਹੀਂ ਕਹਿ ਸਕਦੇ। ਉਹਦੇ ਵਿੱਚ ਕਾਵਿ ਸਵੈ ਜੀਵਨੀ ਦੇ ਅੰਸ਼ ਨੇ, ਥੋੜ੍ਹੀ ਜਿਹੀ ਸਵੈ ਜੀਵਨੀ ਦੇ ਅੰਸ਼ ਮਿਲਦੇ ਨੇ, ਪ੍ਰੋਪਰ ਨਹੀਂ ਹੈ। ਪ੍ਰੋਪਰ ਜਿਹੜੀ ਸਵੈ ਜੀਵਨੀ ਉਹ ਜਸਵੰਤ ਸਿੰਘ ਨੇਕੀ ਦੀ ਹੈ। ਹੁਣ ਉਸ ਤੋਂ ਬਾਅਦ ਜਿਹੜਾ ਇਹਦਾ ਆਨਸਰ ਆਉਂਦਾ ਸੀ, ਮੈਂ ਪੁੱਛਿਆ ਸੀ ਪਹਿਲੀ ਕਾਵਿ ਸਵੈ ਜੀਵਨੀ, ਉਹ ਕਿਸੇ ਭਾਸ਼ਾ ਨੂੰ ਰਿਲੇਟ ਕਰਕੇ ਨਹੀਂ ਸੀ ਪੁੱਛਿਆ, ਉਹ ਹੈ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ। ਠੀਕ ਹੈ ਜੀ, ਹੁਣ ਅੱਗੇ ਇੱਕ ਕੁਐਸਚਨ ਤੁਹਾਨੂੰ ਪਾ ਦਿੰਦੀ ਹਾਂ, ਕਮੈਂਟ ਵਿੱਚ ਰਿਪਲਾਈ ਕਰਿਓ ਕਿ ਜੋ ਬਚਿੱਤਰ ਨਾਟਕ ਹੈ ਉਹ ਕਿਹੜੀ ਭਾਸ਼ਾ ਵਿੱਚ ਲਿਖਿਆ ਹੋਇਆ। ਬਹੁਤ ਈਜ਼ੀ ਹੈ, ਸਭ ਨੂੰ ਆਉਂਦਾ ਹੋਏਗਾ। ਹਾਂਜੀ, ਉਸ ਤੋਂ ਬਾਅਦ ਨੈਕਸਟ ਇੱਕ ਜਿਹੜਾ ਸੈਕਿੰਡ ਕੁਐਸਚਨ ਦਾ ਡਾਊਟ ਸੀ, ਉਹ ਸੀ ਰੇਖਾ ਚਿੱਤਰ ਨੂੰ ਲੈ ਕੇ। ਮੈਂ ਜ਼ਿਆਦਾ ਨਹੀਂ ਦੱਸਾਂਗੀ, ਜਿਨ੍ਹਾਂ ਨੇ ਜ਼ਿਆਦਾ ਸਮਝ ਨਾ ਹੋਇਆ ਕਲਾਸਿਸ ਜੁਆਇਨ ਕਰ ਲਓ, ਸਿਰਫ ਇੱਕ ਲੈਵਲ 'ਤੇ ਤੁਹਾਨੂੰ ਕਨਸੈਪਟ ਕਲੀਅਰ ਕਰਦੀ ਹਾਂ। ਰੇਖਾ ਚਿੱਤਰ ਵਾਰਤਕ ਦੀ ਇੱਕ ਵਿਧਾ ਹੈ, ਵਾਰਤਕ ਦਾ ਇੱਕ ਵਨਗੀ ਆ ਜਾਂਦੀ ਹੈ। ਰੇਖਾ ਚਿੱਤਰ ਕੀ ਹੁੰਦਾ? ਜਦੋਂ ਅਸੀਂ ਕਿਸੇ ਦੀ ਸ਼ਖਸੀਅਤ ਬਾਰੇ ਗੱਲ ਕਰਦੇ ਹਾਂ, ਇਹਦੇ ਵਿੱਚ ਸਵੈ ਰੇਖਾ ਚਿੱਤਰ ਵੀ ਆ ਜਾਂਦੇ ਨੇ। ਸਾਡੇ ਬਹੁਤ ਸਾਰੇ ਲੇਖਕ ਨੇ ਜਿਨ੍ਹਾਂ ਦੇ ਸਵੈ ਰੇਖਾ ਚਿੱਤਰ ਵੀ ਮਿਲਦੇ ਆ, ਜੋ ਆਪਣੀ ਹੀ ਸ਼ਖਸੀਅਤ ਬਾਰੇ ਲਿਖਦੇ ਨੇ। ਜਦੋਂ ਦੂਜੇ ਦੀ ਸ਼ਖਸੀਅਤ ਬਾਰੇ ਵੀ ਲਿਖਿਆ ਜਾਂਦਾ, ਉਹ ਵੀ ਰੇਖਾ ਚਿੱਤਰ ਆ ਜਾਂਦੇ ਆ। ਇਹਦੇ 'ਚ ਮੈਂ ਪਹਿਲਾ ਕੁਐਸਚਨ ਪੁੱਛਿਆ ਸੀ ਕਿ ਰੇਖਾ ਚਿੱਤਰ ਦਾ ਮੁੱਢ ਕਿੱਥੋਂ ਬਚਦਾ, ਤਾਂ ਆਨਸਰ ਆਇਆ ਸੀ ਪ੍ਰਿੰਸੀਪਲ ਤੇਜਾ ਸਿੰਘ, ਬਲਵੰਤ ਗਾਰਗੀ ਜੀ। ਬਿਲਕੁਲ ਨਹੀਂ, ਬਲਵੰਤ ਗਾਰਗੀ ਜੀ ਦਾ ਸਾਹਿਤਿਕ ਜਾਂ ਮਿਆਰੀ ਰੂਪ ਵਿੱਚ ਜਿਹੜਾ ਰੇਖਾ ਚਿੱਤਰ ਪੁਸਤਕ ਪਹਿਲੀ ਮਿਲਦੀ ਹੈ ਨਿੰਮ ਦੇ ਪੱਤੇ। ਅਦਰਵਾਈਜ਼ ਰੇਖਾ ਚਿੱਤਰ ਜਿਹੜਾ ਸਟਾਰਟਅਪ ਹੋ ਗਿਆ ਸੀ, ਉਹ ਪ੍ਰਿੰਸੀਪਲ ਤੇਜਾ ਸਿੰਘ ਤੋਂ ਹੋਇਆ ਸੀ। ਉਹਨਾਂ ਨੇ ਇੱਕ ਦੋ ਰੇਖਾ ਚਿੱਤਰ, ਬੁੱਕ ਨਹੀਂ ਸੀ ਪੂਰੀ ਲਿਖੀ, ਵਾਰਤਕ ਵਿੱਚ ਇੱਕ ਦੋ ਰੇਖਾ ਚਿੱਤਰ ਜਿਹੜੇ ਜ਼ਰੂਰ ਲਿਖੇ ਸੀ। ਸ਼ੁਰੂਆਤ ਅਸੀਂ ਮੰਨ ਸਕਦੇ ਹਾਂ ਕਿ ਜਿਹੜੀ ਪ੍ਰਿੰਸੀਪਲ ਤੇਜਾ ਸਿੰਘ ਤੋਂ ਹੋਈ ਹੈ, ਪਰ ਸਾਹਿਤਿਕ ਪੱਖੋਂ, ਮਿਆਰੀ ਤੌਰ 'ਤੇ ਪੱਖੋਂ ਔਰ ਪ੍ਰੋਪਰ ਰੇਖਾ ਚਿੱਤਰ ਦੇ ਕੋਨਸੈਪਟ ਨੂੰ ਲੈ ਕੇ ਜਿਹੜਾ ਚੱਲਣਾ ਹੈ, ਉਹ ਸਾਡੇ ਬਲਵੰਤ ਗਾਰਗੀ ਜੀ ਸੀ। ਹੁਣ ਇਹ ਕੁਐਸਚਨ 'ਚ ਕਨਫਿਊਜ਼ਨ ਜਿਹੜੀ ਆਉਂਦੀ ਹੈ, ਤੁਸੀਂ ਇਹ ਚੀਜ਼ ਜਦੋਂ ਕੁਐਸਚਨ ਪੇਪਰ 'ਚ ਕੁਐਸਚਨ ਆਉਂਦਾ, ਉਸਦੇ ਸੈਂਸ ਨੂੰ ਸਮਝ ਕੇ ਕਰਨਾ। ਹੁਣ ਜਿਵੇਂ ਅਸੀਂ ਕਹਿੰਦੇ ਹਾਂ ਪੰਜਾਬੀ ਸਾਹਿਤ ਦਾ ਆਰੰਭ ਕਦੋਂ ਹੋਇਆ, ਉਹ ਗੋਰਖਨਾਥ ਤੋਂ ਹੋਇਆ, 8ਵੀਂ 9ਵੀਂ ਸਦੀ 'ਚ ਹੋ ਗਿਆ। ਠੀਕ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਸਾਹਿਤ ਦਾ ਆਦਿ ਕਵੀ ਜਾਂ ਪੰਜਾਬੀ ਸਾਹਿਤ ਦਾ ਸਾਹਿਤਿਕ ਕਵੀ ਜਾਂ ਮੁੱਢ ਤੋਂ ਜਿਹੜਾ ਪਹਿਲਾ ਕਵੀ ਕੌਣ ਸੀ, ਉੱਥੇ ਅਸੀਂ ਗੋਰਖਨਾਥ ਨਹੀਂ ਲੈਂਦੇ, ਉੱਥੇ ਅਸੀਂ ਬਾਬਾ ਫਰੀਦ ਜੀ ਨੂੰ ਲੈਂਦੇ ਹਾਂ। ਹੁਣ ਗੋਰਖਨਾਥ ਅਤੇ ਬਾਬਾ ਫਰੀਦ ਜੀ ਦੋਨੋਂ ਹੀ ਪੰਜਾਬੀ ਸਾਹਿਤ ਦੀ ਸਟਾਰਟਅਪ ਕਰਦੇ ਆ, ਦੋਨੋਂ ਕਵੀ, ਇੱਕ ਫਰਕ ਕੀ ਹੈ? ਫਰਕ ਇਹ ਹੈ ਕਿ ਬਾਬਾ ਫਰੀਦ ਜੀ ਨੇ ਪ੍ਰੋਪਰ ਪੰਜਾਬੀ ਭਾਸ਼ਾ ਨੂੰ ਵਰਤਿਆ ਔਰ ਗੋਰਖਨਾਥ ਜੀ ਮਿਕਸ ਜੀ ਭਾਸ਼ਾ ਨੂੰ ਲੈ ਕੇ ਚੱਲ ਰਹੇ ਸੀ। ਕੁਛ ਕੁਛ ਪੰਜਾਬੀ ਦੇ ਸ਼ਬਦ ਉਹਨਾਂ ਦੇ ਉਸ ਵਿੱਚ ਆਉਂਦੇ ਸੀ, ਇਹ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਨੈਕਸਟ ਜਿਹਦੇ ਕਰਕੇ ਮੈਂ ਕਲਾਸ ਸੋਰੀ ਵੀਡੀਓ ਪਾਈ ਹੈ, ਉਹ ਹੈ ਕਿ ਮੈਂ ਇੱਕ ਬਿਲਕੁਲ ਨਿਊ ਬੈਚ ਹੁਣ ਸਟਾਰਟ ਕਰ ਰਹੀ ਹਾਂ ਅਗੇਨ ਪੰਜਾਬੀ ਮਾਸਟਰ ਕੇਡਰ ਦਾ ਫਿਰ ਤੋਂ। ਵੈਸੇ ਮੈਂ ਬੈਚ ਸਟਾਰਟ ਕਰਦੀ ਰਹਿੰਦੀ ਹਾਂ, ਖਤਮ ਕਰਦੀ ਰਹਿੰਦੀ ਹਾਂ, ਪਰ ਖਤਮ ਬਿਲਕੁਲ ਵੀ ਨਹੀਂ ਕਰਦੀ। ਸਟੂਡੈਂਟ ਮੇਰੇ ਇਨ ਟੱਚ ਰਹਿੰਦੇ ਨੇ, 200 ਦੇ ਕਰੀਬ ਸਟੂਡੈਂਟ ਹੈ ਇੱਕ ਸਾਲ ਤੋਂ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ। ਹਾਲੇ ਤੱਕ ਉਹਨਾਂ ਦਾ ਮੈਂ ਖਹਿੜਾ ਨਹੀਂ ਛੱਡਿਆ, ਉਹਨਾਂ ਨੂੰ ਫੜ ਕੇ ਹੀ ਰੱਖਿਆ, ਚਾਹੇ ਸਿਲੇਬਸ ਖਤਮ ਹੋ ਗਿਆ ਪਰ ਮੋਕ ਟੈਸਟ ਦੇ ਬਹਾਨੇ ਉਹਨਾਂ ਨੂੰ ਪਕੜੀ ਰੱਖਦੀ ਹਾਂ। ਕਿਉਂਕਿ ਜਦੋਂ ਤੁਸੀਂ ਡੇਲੀ ਪੜ੍ਹਦੇ ਰਹਿੰਦੇ ਹੋ, ਥੋੜ੍ਹਾ ਬਹੁਤਾ ਕਲਾਸ ਲਗਾਉਂਦੇ ਰਹਿੰਦੇ ਹੋ, ਜੁੜੇ ਰਹਿੰਦੇ ਹੋ, ਤਾਂ ਤੁਹਾਡੀ ਨੌਲੇਜ ਇਨਕਰੀਜ਼ ਹੁੰਦੀ ਹੈ। ਜੇ ਤੁਸੀਂ ਔਨ ਦੀ ਪੁਆਇੰਟ, ਔਨ ਦੀ ਸਟੈਪ ਸਟਾਰਟ ਕਰਦੇ ਹੋ, ਬਿਲਕੁਲ ਔਨ ਦੀ ਪੈਰ, ਉਹਨਾਂ ਤੁਸੀਂ ਪ੍ਰਪੇਅਰ ਨਹੀਂ ਹੁੰਦੇ ਜਿਹੜੀ ਇੱਕ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ। ਇਸ ਲਈ ਮੇਰੇ ਸਟੂਡੈਂਟ ਮੇਰੇ ਨਾਲ ਟਿਲ ਇਗਜ਼ਾਮ ਤੱਕ ਜੁੜੇ ਰਹਿੰਦੇ ਆ। ਜਿਹੜਾ ਕੋਰਸ ਮੈਂ ਪ੍ਰੋਵਾਈਡ ਕਰਵਾਉਣਾ ਮਾਸਟਰ ਕੇਡਰ, ਉਹਦੇ ਵਿੱਚ ਤੁਹਾਨੂੰ ਪ੍ਰੋਪਰ PDF ਮਿਲਣਗੀਆਂ, ਕਲਾਸਿਸ ਮਿਲਣਗੀਆਂ, ਕੁਛ ਟੋਪਿਕ ਰਿਕਾਰਡਿਡ ਮਿਲਣਗੇ, ਕੁਛ ਲਾਈਵ ਕਲਾਸਿਸ ਹੋਣਗੀਆਂ, ਡਾਊਟ ਸੈਕਸ਼ਨ ਦੀਆਂ ਕਲਾਸਿਸ ਹੋਣਗੀਆਂ, ਮੋਕ ਟੈਸਟ ਦੀਆਂ ਕਲਾਸਿਸ ਹੋਣਗੀਆਂ, ਲਾਈਵ ਮੋਕ ਟੈਸਟ ਹੋਣਗੇ, ਗੂਗਲ ਫੋਰਮ ਵਿੱਚ ਵੀ ਮੋਕ ਟੈਸਟ ਹੋਣਗੇ, ਔਰ ਸਪੈਸ਼ਲੀ ਮੇਰੀਆਂ ਕਲਾਸਿਸ ਈਵਨਿੰਗ ਸ਼ਿਫਟ ਵਿੱਚ ਹੁੰਦੀਆਂ। ਦੋ ਕਲਾਸਿਸ ਦਾ ਬੈਚ ਮੈਂ ਸ਼ੁਰੂ ਕਰ ਰਹੀ ਹਾਂ 10 ਤਰੀਕ ਨੂੰ ਐਗਜੈਕਟ, ਇੱਕ ਬੈਚ ਸ਼ੁਰੂ ਕਰ ਰਹੀ ਹਾਂ ਹਰਿਆਣਾ TGT ਸਕਰੀਨਿੰਗ, ਉਹਦੇ ਵਿੱਚ ਸਿਰਫ ਅਤੇ ਸਿਰਫ ਪੰਜਾਬੀ ਭਾਸ਼ਾ।
ਕਿਸੇ ਹੋਰ, ਨਾ ਮੈਂ ਸਾਇੰਸ, ਮੈਥ, ਇੰਗਲਿਸ਼ ਵਗੈਰਾ ਕੁਛ ਨਹੀਂ, ਸਿਰਫ ਅਤੇ ਸਿਰਫ ਪੰਜਾਬੀ ਭਾਸ਼ਾ ਹਰਿਆਣਾ ਦਾ, ਉਸ ਤੋਂ ਬਾਅਦ ਪੰਜਾਬੀ ਮਾਸਟਰ ਕੇਡਰ ਪੰਜਾਬ ਦਾ ਦੋ ਬੈਚ ਜਿਹੜੇ ਹੈ 10 ਜਨਵਰੀ 2022 ਤੋਂ ਸ਼ੁਰੂ ਹੋ ਰਹੇ ਹੈ। ਜਿਹੜੇ ਸਟੂਡੈਂਟ ਇਹ ਬੈਚਿਸ ਲਗਾਉਣਾ ਚਾਹੁੰਦੇ ਹੈ ਉਹ 7717639393 'ਤੇ ਮੈਨੂੰ ਵਟਸਐਪ ਕਰ ਸਕਦੇ ਹੈ, ਮੈਨੂੰ ਕੋਂਟੈਕਟ ਕਰ ਸਕਦੇ ਹੈ, ਠੀਕ ਹੈ ਜੀ। ਔਰ ਦੂਸਰੀ ਇੱਕ ਅਨਾਊਂਸਮੈਂਟ ਸੀ, ਮੇਰੇ ਕਾਫੀ ਕਲੋਜ਼ ਨੇ ਇੱਕ ਸਰ ਨਿੱਕ ਕੂਬਾ ਜੀ, ਉਹਨਾਂ ਨੇ ਫਰੀ ਕੋਰਸ ਸਟਾਰਟ ਕੀਤਾ ਐਨ ਟੀ ਟੀ ਦਾ। ਜਿਹੜੇ ਸਟੂਡੈਂਟ ਐਨ ਟੀ ਟੀ ਕਰ ਰਹੇ ਨੇ ਉਹਨਾਂ ਦੀਆਂ ਕਲਾਸਿਸ ਜੁਆਇਨ ਕਰ ਸਕਦੇ ਨੇ। ਡਿਸਕ੍ਰਿਪਸ਼ਨਸ ਵਿੱਚ ਮੈਂ ਉਹਨਾਂ ਦਾ ਕੋਂਟੈਕਟ ਨੰਬਰ ਪਾ ਦਾਂਗੀ, ਤੁਸੀਂ ਉਹ ਚੈੱਕ ਕਰ ਲਿਓ। ਅਤੇ ਕਾਫੀ ਅੱਛੇ ਟੀਚਰਸ ਨੇ ਔਰ ਯੂਟਿਊਬ 'ਤੇ ਵੀ ਉਹ ਕਲਾਸਿਸ ਲਗਾ ਰਹੇ ਨੇ, ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ, ਠੀਕ ਹੈ ਜੀ। ਪੰਜਾਬੀ ਮਾਸਟਰ ਗਾਈਡਰ ਹਰਿਆਣਾ ਔਰ ਪੰਜਾਬ ਨਵਾਂ ਬੈਚ 10 ਦਸੰਬਰ ਨੂੰ, ਓ ਸੋਰੀ ਦਸੰਬਰ ਤਾਂ ਚਲਾ ਗਿਆ, ਨਵਾਂ ਸਾਲ ਸ਼ੁਰੂ ਹੋ ਗਿਆ, 10 ਜਨਵਰੀ 2022 ਨੂੰ ਸ਼ੁਰੂ ਹੋ ਰਿਹਾ, ਅਤੇ ਜੁਆਇਨ ਕਰੋ। ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਐਕਚੁਲੀ ਮੇਰਾ ਬੇਟਾ ਕਾਫੀ ਜ਼ਿਆਦਾ ਬਿਮਾਰ ਹੋ ਗਿਆ 2-3 ਦਿਨ, ਇਸ ਕਰਕੇ ਨਾ ਕਲਾਸ ਪਾ ਸਕੀ, ਨਾ ਹੀ ਤੁਹਾਨੂੰ ਵਿਸ਼ਲੀ ਕੋਈ ਵੀਡੀਓ ਪਾ ਸਕੀ, ਉਹਦੇ ਵੱਲ ਧਿਆਨ ਸੀ ਪੂਰੀ ਤਰ੍ਹਾਂ। ਪਰਮਾਤਮਾ ਦੀ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਉਹ ਠੀਕ ਹੈ ਹੁਣ। ਅਤੇ ਜੋ ਵੀ ਕੋਈ ਤੁਹਾਨੂੰ ਡਾਊਟ ਹੈ ਜਾਂ ਕੋਂਟੈਕਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ 7717639393। ਹਾਂ, ਇੱਕ ਚੀਜ਼ ਹੋਰ, ਜਿਹੜੀਆਂ ਪੋਸਟਾਂ ਹੈ ਉਹ ਆ ਰਹੀਆਂ, ਕਿਉਂਕਿ ਯੂਨੀਅਨ ਮੈਂਬਰਸ ਦੀ ਪਹਿਲੀ ਵਾਰ ਪੋਜ਼ਿਟਿਵ ਵੀਡੀਓ ਆਈ ਹੈ, ਪਹਿਲੀ ਵਾਰ ਮੈਂ ਦੇਖੀ ਸੀਗੀ ਪਰਸੋਂ 'ਚੋਂ, ਔਰ ਉਹਨਾਂ ਨੇ ਮੀਟਿੰਗ ਤੋਂ ਬਾਅਦ ਦਾ ਰਿਪਲਾਈ ਕੀਤਾ ਕਿ ਕਾਫੀ ਅੱਛੀ ਗਿਣਤੀ ਜਿਹੜੀ ਹੈ ਪੋਸਟਾਂ ਦੀ ਆ ਰਹੀ ਹੈ ਔਰ ਜਲਦੀ ਹੀ ਆ ਰਹੀ ਹੈ, ਠੀਕ ਹੈ। ਜੇ ਮਤਲਬ ਕਿ ਅੱਗੋਂ ਬੋਰਡ ਵਾਲਿਆਂ ਦੀ ਹੈ, ਜੇ ਉਹਨਾਂ ਨੇ ਸਪੋਜ਼ ਕਰੋ ਜਿਹੜਾ ਕਲਾਸੀਫਿਕੇਸ਼ਨ ਦੇ ਤੀ, ਅਪਲਾਈ ਕਰਵਾ ਤਾ ਔਰ ਪੇਪਰ ਦੀ ਡੇਟ ਦੇ ਤੀ, ਤਾਂ ਸੋਚ ਲਓ 15 ਦਿਨਾਂ ਤੱਕ ਪੇਪਰ ਹੈ। ਅਤੇ ਅਗਰ ਪੇਪਰ ਦੀ ਡੇਟ ਉਹ ਨਹੀਂ ਦਿੰਦੇ ਤਾਂ ਫੈਬ ਮਾਰਚ ਵਿੱਚ ਪੂਰੀ ਹੋਪ ਹੈ ਪੇਪਰ ਹੋਏਗਾ। ਅਤੇ ਇਸ ਕਰਕੇ ਆਪਣੀ ਜਿਹੜੀ ਤਿਆਰੀ ਹੈ ਪੂਰੀ ਰੱਖੋ, ਖੁਸ਼ ਰਹੋ, ਹੱਸਦੇ ਵਸਦੇ ਰਹੋ।